ਇੱਕੋ ਦਿਨ ਜਲੀਆਂ ਪਿੰਡ ਚ ਪੰਜ ਚਿਖਾਵਾਂ, ਹਾਦਸੇ ਚ ਪੰਜ ਮੌਤਾਂ, ਇਕੱਲਾ ਰਹਿ ਗਿਆ ਨੌਜਵਾਨ। ਪਿਓ ਹੀ ਸੀ 14 ਸਾਲਾਂ ਬੱਚੇ ਦਾ ਸਹਾਰਾ, ਬਚਪਨ ਚ ਛੱਡ ਕੇ ਚਲੀ ਗਈ ਸੀ ਮਾਂ। ਬੀਤੇ ਦਿਨ ਸੰਗਤ ਨਾਲ ਵਾਪਰਿਆ ਸੀ ਹਾਦਸਾ, ਧਾਰਮਿਕ ਯਾਤਰਾ ਕਰਕੇ ਸੰਗਤ ਆ ਰਹੀ ਸੀ ਵਾਪਸ। ਭਿਆਨਕ ਹਾਦਸੇ ਨੇ ਲਈ ਪਿੰਡ ਦੇ ਪੰਜ ਲੋਕਾਂ ਦੀ ਜਾਨ। ਬੇਸ਼ੱਕ ਸੜਕ ਹਾਦਸਿਆਂ ਦੇ ਕਾਰਨ ਬਹੁਤ ਦੇਰ ਬਾਅਦ ਪਤਾ ਲੱਗਦੇ ਨੇ, ਪਰ ਸੜਕ ਹਾਦਸਿਆਂ ਦੇ ਕਾਰਨ ਹੋਇਆ ਨੁਕਸਾਨ ਉਮਰਾਂ ਤੱਕ ਯਾਦ ਰਹਿੰਦਾ। ਕੁਝ ਅਜਿਹਾ ਹੀ ਇੱਕ ਸੜਕ ਹਾਦਸਾ ਬੀਤੇ ਕੱਲ ਕੋਟਕਪੂਰਾ ਦੇ ਨੇੜੇ ਪੰਜਗਰਾਈ ਖੁਰਦ ਵਿਖੇ ਹੋਇਆ, ਜਿੱਥੋਂ ਵਾਪਸ ਆ ਰਹੇ ਕੁਝ ਸ਼ਰਧਾਲੂਆਂ ਦੀ ਮੌਤ ਹੋਈ ਹੈ। 5 ਦੇ ਕਰੀਬ ਲੋਕਾਂ ਦੀ ਮੌਤ ਹੋਈ ਹੈ ਤੇ 5 ਹੀ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਮਰਾੜ ਦੇ ਵਾਸੀ ਸਨ। ਅੱਜ ਇੱਕ ਅਜਿਹੇ ਪਰਿਵਾਰ 'ਚ ਹੀ ਹਾਂ ਜਿੱਥੇ ਸਿਰਫ ਪਿਓ ਤੇ ਪੋਤੀ ਰਹਿੰਦੇ ਸਨ ਤੇ ਪਿਤਾ ਦਾ ਸਾਇਆ ਇਸ ਪੁੱਤ ਦੇ ਸਿਰ ਦੇ ਉੱਤੋਂ ਉੱਠ ਗਿਆ। ਸੁਖਦੇਵ ਰਾਜ, ਜਿਸ ਦੀ ਕਿ ਸੜਕ ਹਾਦਸੇ ਦੇ ਵਿੱਚ ਮੌਤ ਹੋਈ ਹੈ, ਤੁਹਾਨੂੰ ਪਹਿਲਾਂ ਉਹ ਘਰ ਦਾ ਦ੍ਰਿਸ਼ ਦਿਖਾ ਦਈਏ ਕਿ ਕਿਸ ਤਰ੍ਹਾਂ ਉਹ ਪਿਤਾ ਕੁਛ ਦਿਹਾੜੀਦਾਰ ਦਾ ਕੰਮ ਕਰਕੇ ਇਸ ਘਰ ਨੂੰ ਸੰਭਾਲ ਰਿਹਾ ਸੀ। ਕਬਾੜ ਵਗੈਰਾ ਦਾ ਕੰਮ ਜਿਹੜਾ ਉਹਨਾਂ ਦਾ ਸੀ, ਕੁਛ ਰਾਜ ਮਿਸਤਰੀ ਨਾਲ ਕੰਮ ਕਰਦੇ ਸੀ। ਸੋ ਇਸ ਤਰ੍ਹਾਂ ਕਿਸੇ ਨਾ ਕਿਸੇ ਤਰ੍ਹਾਂ ਉਹ ਘਰ ਨੂੰ ਸੰਭਾਲਿਆ ਜਾ ਰਿਹਾ ਸੀ। ਜਦੋਂ ਗੱਲਬਾਤ ਘਰ ਦੇ ਇਕਲੌਤੇ ਰਹਿ ਗਏ ਪੁੱਤਰ ਨਾਲ ਹੁੰਦੀ ਹੈ ਤਾਂ ਉਹ ਦੱਸਦੇ ਨੇ ਕਿ ਕਿਸ ਤਰ੍ਹਾਂ ਜਿਹੜਾ ਉਹ ਇੱਥੋਂ ਗਏ ਤੇ ਕੀ ਅੱਗੇ ਹੋਇਆ, ਮਾਤਾ ਕਿੰਨਾ ਟਾਈਮ ਪਹਿਲਾਂ ਜਿਹੜੇ ਨੇ ਉਹ ਛੱਡ ਕੇ ਚਲੇ ਗਏ। ਸੋ ਪਰਿਵਾਰ ਦੇ ਹਾਲਾਤ ਜਿਹੜੇ ਨੇ ਉਹ ਬਿਆਨ ਕਰਦੇ ਨੇ, ਕਿਉਂਕਿ ਸੜਕ ਹਾਦਸਾ ਕੇਵਲ ਇੱਕ ਹਾਦਸਾ ਹੀ ਨਹੀਂ, ਇੱਕ ਅਜਿਹਾ ਹਾਦਸਾ ਹੈ ਜਿਸ ਦੇ ਜ਼ਖਮ ਬਹੁਤ ਟਾਈਮ ਤੱਕ ਇਸੇ ਤਰ੍ਹਾਂ ਹੀ ਦਿਸਦੇ ਰਹਿਣਗੇ। ਸੋ ਸਾਡੇ ਨਾਲ ਉਹ ਲੜਕਾ, ਵੀਰੇ ਨਾਮ ਕੀ ਹੈ ਤੁਹਾਡਾ? ਸੰਜੇ ਕੁਮਾਰ। ਓਕੇ, ਕੌਣ ਸੀਗੇ ਜਿਹੜੇ ਤੁਹਾਡੇ ਨਾਲ ਗਏ ਸੀ ਇੱਥੇ ਸੜਕ ਹਾਦਸੇ 'ਚ, ਤੁਹਾਡੇ ਕੀ ਲੱਗਦੇ ਸੀਗੇ? ਮੇਰੇ ਫਾਦਰ ਸਾਹਿਬ ਲੱਗ ਰਹੇ ਸੀ। ਓਕੇ ਜੀ, ਕੀ ਕਰਦੇ ਕੀ ਸੀਗੇ? ਦਿਹਾੜੀ ਦੱਪਾ ਕਰਦੇ ਸੀ। ਓਕੇ, ਕੌਣ ਕੌਣ ਉਹ ਘਰ ਦੇ ਵਿੱਚ ਤੁਸੀਂ ਰਹਿੰਦੇ ਸੀ? ਮੈਂ ਤੇ ਮੇਰਾ ਡੈਡੀ ਜੀ। ਓਕੇ, ਤੇ ਮਦਰ ਤੁਹਾਡੇ? ਉਹ ਨਿੱਕੇ ਹੁੰਦੇ ਤੋਂ ਛੱਡ ਕੇ ਗਏ ਜੀ। ਓਕੇ, ਕੀ ਕਰਦੇ ਕੀ ਸੀ ਪਾਪਾ? ਜੀ ਮਿਸਤਰੀ ਦਾ ਕੰਮ ਜਾਂ ਕਬਾੜ ਦਾ ਕੰਮ ਜੀ। ਓਕੇ, ਜਿੱਦਣ ਜਾਣ ਲੱਗੇ ਹੈਗੇ ਤੁਹਾਡੇ ਨਾਲ ਕੋਈ ਗੱਲ ਹੋਈ ਜਾਂ ਕਿਸ ਤਰ੍ਹਾਂ ਹੈਗਾ, ਹਰ ਵਾਰੀ ਜਾਂਦੇ ਸੀ ਜਾਂ ਕਿਵੇਂ ਦੱਸੋਗੇ? ਮੈਨੂੰ ਲਾਇਆ ਸੀ ਫੋਨ, ਕਹਿੰਦੇ ਕਿ ਆਜੋ ਜਾਣਾ, ਤੇ ਮੈਂ ਜਵਾਬ ਦੇ ਦਿੱਤਾ ਸੀ ਅੱਗੋ ਜੀ। ਮੈਂ ਉੱਥੇ ਬਾਹਰ ਫਿਰੋਜ਼ਪੁਰ ਸਕੂਲੇ ਪੜ੍ਹਦਾ ਜੀ, ਤੇ ਉੱਥੇ ਇਸੇ ਕਰਕੇ ਫਿਰ ਇਹ ਕਹਿੰਦੇ ਚੱਲ, ਮੈਂ ਕਿਹਾ ਛਗਲੀ ਇਹਦੀ ਚੱਲ ਵੜਾਂਗੇ, ਇਸੇ ਕਰਕੇ ਫਿਰ ਜੀ ਮੈਂ ਜਵਾਬ ਗਏ ਚਲੇ। ਤੇ ਫਿਰ ਮੈਨੂੰ ਕੱਲ੍ਹ ਤੜਕੇ ਸੁਬਹਾ ਫੋਨ ਆਇਆ ਜੀ, ਤੇ ਮੈਂ ਛੁੱਟੀ ਲੈ ਕੇ ਆਇਆ ਜੀ। ਕਿਹੜੇ ਸਕੂਲ 'ਚ ਪੜ੍ਹਦੇ ਹੋ? ਗੋਰਵਾੜਾ ਦਰਚ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਪੜ੍ਹਦੇ ਹੋ? ਬੁਕਨਖਾਂ ਵਾਲੇ। ਓਕੇ ਜੀ, ਤੇ ਘਰ ਦਾ ਫਿਰ ਸਾਰਾ ਉਹ ਸਿਸਟਮ ਜਿਹੜਾ, ਕਿਉਂਕਿ ਮਦਰ ਤਾਂ ਤੁਸੀਂ ਕਹਿੰਦੇ ਹੋ ਕਾਫੀ ਟਾਈਮ ਦੇ ਹਨਾ ਉਹ ਗਏ ਹੋਏ? 3-4 ਸਾਲ ਦਾ ਸੀ ਜਦੋਂ ਮੈਨੂੰ ਛੱਡ ਕੇ ਗਏ ਚਲੇ ਜੀ। ਓਕੇ, ਫਾਦਰ ਕੋਲ ਹੀ ਰਹਿੰਦੇ ਸੀ? ਹਾਂਜੀ। ਓਕੇ, ਕੱਲ ਕਿਵੇਂ ਪਤਾ ਲੱਗਿਆ ਹਾਦਸੇ ਦਾ ਤੇ ਕਿਵੇਂ ਜਿਹੜਾ ਹੈਗਾ ਉਹ ਸਾਰੀ ਤੁਹਾਨੂੰ ਪਤਾ ਲੱਗੀ ਘਟਨਾ? ਕੱਲ ਜਦੋਂ ਮੈਨੂੰ ਆਇਆ ਜੀ, ਮੈਂ ਇੱਥੇ, ਮੈਨੂੰ ਇੱਥੇ ਆਣ ਕੇ ਪਤਾ ਲੱਗਾ ਜੀ। ਮੈਨੂੰ ਤਾਂ ਪਹਿਲਾਂ ਲੱਗਾ ਪਤਾ ਕਿ ਫਾਦਰ ਸਾਹਿਬ ਠੀਕ ਨਹੀਂ ਗਏ, ਸੱਟਾ ਸੁੱਟਾ ਲੱਗ ਗਿਆ ਤਾਂ ਕਰਕੇ ਜੀ। ਫਿਰ ਮੈਨੂੰ ਇੱਥੇ ਆਣ ਕੇ ਪਤਾ ਲੱਗਾ ਜੀ ਡੈਥ ਹੋ ਗਈ, ਤੇ ਇਸੇ ਚੱਕਰ। ਹਾਂਜੀ, ਇਸੇ ਕਰਕੇ ਜੀ। ਜਦੋਂ ਜਾਣ ਲੱਗੇ ਇੱਥੋਂ, ਤੁਹਾਨੂੰ ਪਹਿਲਾਂ ਕਾਲ ਕਰਦੇ ਆ ਕਿ ਤੁਸੀਂ ਨਾਲ ਜਾਣਾ ਜਾਂ ਕੁਛ ਇਸ ਤਰ੍ਹਾਂ ਦਾ? ਹਾਂਜੀ, ਮੈਨੂੰ 2 ਦਿਨ ਪਹਿਲਾਂ ਪੁੱਛਿਆ ਸੀਗਾ ਕਿ ਜਾਣਾ ਕਿ ਆ ਜਾ ਛੁੱਟੀ ਲੈ ਕੇ, ਪਰ ਮੈਂ ਕੋਈ ਜਵਾਬ ਦੇਤਾ ਸੀ ਕਿਉਂਕਿ 10th ਕਲਾਸ ਹੋ ਗਈ ਬੋਰਡ ਦੀ ਤਾਂ ਕਰਕੇ। ਤੁਸੀਂ ਫਾਦਰ ਸਾਹਿਬ ਨੂੰ ਕਿਹਾ ਵੀ ਕਿ ਆਪਾਂ ਅਗਲੀ ਵਾਰੀ ਇਕੱਠੇ ਚੱਲ ਜਾਵਾਂਗੇ ਜਾਂ ਕੁਛ? ਕਿਹਾ ਸੀ ਮੈਂ ਆਪਾਂ ਅਗਲੀ ਵਾਰੀ ਇਕੱਠੇ ਚਲੇ ਜਾਵਾਂਗੇ, ਤੇ ਉਹ ਮੈਂ ਤੁਸੀਂ ਐਤਕੀ ਹੋ ਆਪਾਂ ਅਗਲੀ ਵਾਰੀ ਇਕੱਠੇ ਚਲੇ ਜਾਵਾਂਗੇ, ਉਹ ਕਹਿੰਦੇ ਠੀਕ ਹੈ, ਤੇ ਪਤਾ ਨਹੀਂ ਇਹ ਕੰਮ ਹੋ ਜਾਣਾ। ਕਿੰਨੇ ਟਾਈਮ ਤੋਂ ਜਾ ਰਹੇ ਸੀਗੇ ਉੱਥੇ ਜਾਂ ਕਿਸ ਤਰ੍ਹਾਂ ਹੈਗਾ? ਉਹਨਾਂ ਦਾ ਹਰੇਕ ਵੀਰਵਾਰ ਦੇ ਵੀਰਵਾਰ ਜਾਂਦੇ ਸੀ। ਹਰੇਕ ਵੀਰਵਾਰ ਦੇ ਵੀਰਵਾਰ ਜਾਂਦੇ ਸੀ।
ਉਹ ਜਿਹੜੇ ਨਾਲ ਦੇ ਹੈਗੇ ਉਹਨਾਂ ਚੋਂ ਇੱਕ ਜ਼ਖਮੀ ਵੀ ਹੈਗਾ, ਹਨਾ, ਉਹਨੇ ਦੱਸੇ ਵੀ ਹੈਗੀ ਸਾਰੀ ਗੱਲ। ਕੋਈ ਤੁਹਾਨੂੰ ਪਤਾ ਲੱਗਿਆ ਹਾਦਸੇ ਦੇ ਕਾਰਨ ਜਾਂ ਕੁਛ ਇਸ ਤਰ੍ਹਾਂ? ਨਹੀਂ, ਉਸ ਬਾਰੇ ਹਲੇ ਮੈਨੂੰ ਪਤਾ ਨਹੀਂ ਲੱਗਾ। ਓਕੇ, ਫਿਰ ਪੜ੍ਹਾਈ ਵਗੈਰਾ ਦਾ ਖਰਚਾ ਜਾਂ ਘਰ ਦੇ ਹੋਰ ਖਰਚੇ ਉਹ ਸਾਰੇ ਫਾਦਰ ਤੇ ਡਿਪੈਂਡ ਸੀਗੇ। ਹਾਂਜੀ। ਹੁਣ ਫਿਰ ਜਿਹੜਾ ਹੈਗਾ ਕੋਈ ਰਿਸ਼ਤੇਦਾਰ ਜਾਂ ਕੁਛ ਇਸ ਤਰ੍ਹਾਂ ਦਾ, ਜਾਂ ਮਦਰ ਕਾਫੀ ਟਾਈਮ ਹੋ ਗਿਆ ਜਿਹੜੇ ਗਏ ਹੋਏ ਨੇ, ਹਾਂਜੀ, ਕੁਛ ਕਿਸੇ ਦਾ ਆਇਆ ਮਗਰੋਂ ਕਾਲ ਵਗੈਰਾ ਜਾਂ ਕੁਛ ਇਸ ਤਰ੍ਹਾਂ ਦਾ? ਮਦਰ ਵੱਲੋਂ ਤਾਂ ਵੈਸੇ ਕੋਈ ਨਹੀਂ ਆਇਆ ਜੀ, ਅਤੇ ਮੇਰੇ ਜਿਹੜੇ ਭੂਆ ਜੀ ਮੈਨੂੰ ਨਿੱਕੇ ਹੁੰਦੇ ਤੋਂ ਉਹਨਾਂ ਨੇ ਸਾਂਭਿਆ ਜੀ, ਮੈਨੂੰ ਮਾਂ ਵਾਂਗੂ ਜੀ, ਅਤੇ ਜਿਹੜੇ ਮੇਰੇ ਫੁੱਫੜੇ ਜੀ ਉਹ ਵੀ ਮੇਰੇ ਪਿਓ ਵਰਗਾ ਜੀ, ਉਹਨਾਂ ਨੇ ਮੈਨੂੰ ਸਾਂਭਿਆ ਜੀ ਕਿ ਐਡਾ ਵੱਡਾ ਪਾਲ ਕੇ ਕੀਤਾ ਜੀ, ਅਤੇ ਮੈਨੂੰ 10ਵੀਂ ਕਲਾਸ 'ਚ ਮੈਂ ਪੜ੍ਹਦਾ ਜੀ, ਮੈਂ 10 ਕਲਾਸਾਂ ਪੜ੍ਹਾ ਦੀਆਂ ਜੀ ਹਾਲੇ। ਹਾਂਜੀ ਫਾਦਰ ਨਾਲ ਉਹ ਗੱਲਾਂ ਸਾਰੀਆਂ ਜਿਹੜੀਆਂ ਹੈਗੀਆਂ ਹਾਂਜੀ ਆਉਂਦੇ ਹੋਣਗੇ ਇੱਥੇ ਤਾਂ ਉਹਦਾ ਯਾਦ ਆਉਂਦੀ ਹੋਣੀ ਹਾਂਜੀ ਹਾਂਜੀ। ਹਾਂਜੀ, ਕਿਸ ਤਰ੍ਹਾਂ ਦਾ ਸੁਭਾਅ ਸੀਗਾ ਜਾਂ ਕਿਵੇਂ ਕੰਮ ਕਾਰ ਕਰਕੇ ਕਿਸ ਤਰ੍ਹਾਂ ਜਿਹੜਾ ਹੈਗਾ, ਕਿਉਂਕਿ ਬਹੁਤ ਔਖਾ ਹੁੰਦਾ ਮਾਂ ਤੋਂ ਬਿਨਾਂ ਹਾਂਜੀ ਬੱਚੇ ਨੂੰ ਪਾਲਣਾ, ਤੇ ਕਿਵੇਂ ਫਿਰ ਉਹ ਸਾਰਾ ਪਾਲਣ ਪੋਚਣ ਦਾ, ਕਰਦੇ ਕੀ ਸੀ ਕੰਮ? ਉਹ ਕੰਮ ਤੋਂ ਆਣ ਕੇ ਜੀ ਕੱਪੜੇ ਕੁਪੜੇ ਧੋ ਗਏ ਜੀ, ਮੈਂ ਮਾੜਾ ਮੋਟਾ ਕਰਾ ਦਿੰਦੇ ਨਾਲ ਜੀ, ਤੇ ਬਾਕੀ ਆਣ ਕੇ ਜੀ ਰੋਟੀ ਰੂਟੀ ਉਹਨਾਂ ਨੇ ਪਕਾਉਣੀ ਸੀ, ਕਦੇ ਤਾਏ ਘਰੋਂ ਆ ਜਾਂਦੀ ਸੀ, ਕਦੇ ਪਕਾ ਲਈ ਦੀ ਸੀ ਆਪ ਜੀ। ਤੁਹਾਡੇ ਕੀ ਲੱਗਦੇ? ਤੁਹਾਡੇ? ਮੇਰੇ ਚਾਚਾ ਜੀ ਲੱਗਦੇ ਸੀ। ਤੁਹਾਡੇ ਨਾਲ ਵੀ ਕੋਈ ਗੱਲ ਹੋਈ ਸੀ ਜਦੋਂ? ਮੇਰੇ ਨਾਲ ਹੋਈ ਸੀ, ਮੇਰੀ ਦੁਕਾਨ ਹੈ ਇੱਥੇ ਪਿੰਡ ਸਾਈਕਲਾਂ ਦੀ, ਉਹ ਮੇਰੇ ਕੋਲ ਹੋ ਕੇ ਗਏ ਆ। ਮੈਂ ਕਿਹਾ ਕੋਈ ਨਹੀਂ ਜਾਓ, ਮੈਂ ਕਿਹਾ ਅਸੀਂ ਵੀ ਜਾ ਕੇ ਆਏ ਹਾਂ, ਮੈਂ ਕਿਹਾ ਤੂੰ ਸਾਡੇ ਨਾਲ ਚੱਲ ਵੜ, ਅਸੀਂ ਕਾਰ ਤੇ ਜਾਣਾ, ਆਪਾਂ ਟਾਈਮ ਨਾਲ ਮੁੜ ਆਵਾਂਗੇ। ਨਹੀਂ, ਉਹ ਕਹਿੰਦਾ ਮੇਰੇ ਨਾਲ ਦੇ ਜਾਣਾ ਉੱਥੇ, ਮੈਂ ਉਹਨਾਂ ਨਾਲ ਹੀ ਜਾਣਾ ਕਹਿੰਦਾ। ਅੱਛਾ, ਤੁਸੀਂ ਵੀ ਉੱਥੇ ਗਏ ਸੀ? ਮੈਂ ਉੱਥੇ ਗਿਆ ਸੀ, ਪਰ ਮੈਂ ਮੋੜ ਆਇਆ ਸੀ 10 ਵਜੇ ਨੂੰ ਜੀ। ਓਕੇ, ਹਾਂਜੀ। ਹੁਣ ਜਦੋਂ ਆ ਸਾਰਾ ਕੁਝ ਹੋਇਆ ਤੇ ਉਸ ਤੋਂ ਬਾਅਦ ਸਾਨੂੰ 2 ਵਜੇ ਤੁਹਾਡੇ ਨਾਲ ਜਾ ਵੜ ਦੇ ਕਾਰ? ਹਾਂਜੀ, ਜਾ ਵੜ ਦੇ, ਫਿਰ ਸਾਨੂੰ 2 ਵਜੇ ਫੋਨ ਆਇਆ ਰਾਤ ਨੂੰ ਵੀ ਐਕਸੀਡੈਂਟ ਹੋ ਗਿਆ ਵਾ, ਸਾਨੂੰ ਐ ਨਹੀਂ ਦੱਸਿਆ ਵੀ ਬਾਹਲਾ ਹੋਇਆ ਵਾ। ਉੱਥੇ ਜਾ ਕੇ ਵੇਖਿਆ ਤੇ ਸਾਰੇ ਕਿਤੇ ਕਿਸੇ ਨਾ ਹੋਸਪਿਟਲ, ਤੇ ਕਿਸੇ ਹੋਸਪਿਟਲ ਨੇ ਕੋਈ ਗੱਲ ਨਹੀਂ ਸੁਣੀ ਗੀ, ਗਾਂ ਦੀ ਗਾਂ ਰੈਫਰ ਕਰੀਏ, ਜੇ ਰੈਫਰ ਨਾ ਕਰਦੇ ਤੇ ਹਾਦਸਾ ਸਾਡੇ ਨਾਲ ਇੱਥੇ ਖੜੇ ਹੁੰਦੇ, ਮੌਜੂਦ ਹੁੰਦੇ ਸਾਡੇ ਨਾਲ। ਹਾਂਜੀ, ਤੁਸੀਂ ਜਿਸ ਦਿਨ ਕਿਹਾ ਕਿ ਸਾਡੇ ਨਾਲ ਚਲੇ ਜਾਓ ਜਾਂ ਕੁਛ, ਉਸ ਦਿਨ ਮਾਂ ਬਿਟਵੀਨ ਕੋਈ ਗੱਲ ਹੋਈ ਹੋਵੇ ਜਾਂ ਉੱਥੇ ਪਹੁੰਚ ਕੇ ਮਿਲੇ ਜਾਂ ਕਿਸ ਤਰ੍ਹਾਂ? ਨਹੀਂ, ਉੱਥੇ ਪਹੁੰਚ ਕੇ, ਉੱਥੇ ਰਾਸ਼ ਹੀ ਬਹੁਤ ਹੁੰਦਾ, ਉੱਥੇ ਪਹੁੰਚ ਕੇ ਨਹੀਂ ਮਿਲ ਸਕਦਾ ਕੋਈ। ਓਕੇ, ਤੁਸੀਂ ਵੀ ਹਰ ਵੀਰ ਨਾ? ਹਾਂਜੀ, ਹਰ ਵੀਰ ਬਣ ਜਾਂਦੇ ਹਾਂ ਜੀ, ਹਰ ਚੇਤ ਦੇ ਵੀਰਵਾਰ ਜਾਂਦੇ ਹਾਂ ਜੀ। ਹਾਂਜੀ, ਤੇ ਅੱਜ ਪਿੰਡ ਦੇ ਵਿੱਚ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ? ਜਿਵੇਂ ਬ੍ਰਦਰ ਜਿਹੜਾ ਹੈਗਾ ਸੰਜੇ ਜਿਹੜਾ ਇਕੱਲਾ ਰਹਿ ਗਿਆ, ਹਨਾ, ਘਰ ਦਾ ਸਾਰਾ ਉਸ ਦੇ ਤੇ ਪੜ੍ਹ ਰਿਹਾ ਆਪ 10th 'ਚ, ਕੀ ਕਹੋਗੇ? ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਜਿੰਨੇ ਘਰਾਂ ਦੀ ਡੈਥ ਹੋਈ, 5 ਲੋਕਾਂ ਦੀ ਸਾਰਿਆਂ ਨੂੰ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਅੱਗੇ ਪੜ੍ਹਾਈ ਲਿਖਾਈ ਕਰਕੇ ਕੁਛ ਬਣ ਸਕਣ ਜੀ। ਘਰ ਦੇ ਹਾਲਾਤ ਪਹਿਲਾਂ ਹੀ ਬਹੁਤ ਮਾੜੇ ਸੀਗੇ ਜੀ। ਹਾਂਜੀ, ਪਹਿਲਾਂ ਘਰ ਚੱਲਦਾ ਕਿਵੇਂ ਪਿਆ ਸੀ? ਕੋਈ ਕਬਾੜ ਬਸ ਦਿਹਾੜੀ ਦੇ, ਕਬਾੜ ਦਾ ਗੇੜਾ ਲਾਉਣ ਦਾ, ਦਿਹਾੜੀ ਜਾਣ ਦੀ ਜੀ, ਕਿਸੇ ਨਾਲ ਕੋਈ ਕੰਮ ਕਰਨ ਦਾ ਜੀ। ਹਾਂਜੀ, ਦਿਹਾੜੀ ਤੇ ਕੰਮ ਚੱਲਦਾ ਸੀਗਾ ਜੀ। ਸੁਖਦੇਵ ਦੀ ਫੋਟੋ ਹੈ ਤੁਹਾਡੇ ਕੋਲ? ਹਾਂਜੀ, ਫੋਟੋ ਹੈਗੀ ਆ ਜੀ, ਦੋਵੇਂ ਪਿਓ ਪੁੱਤਾਂ ਦੀ ਫੋਟੋ ਹੈਗੀ ਆ, ਸੁਖਦੇਵ ਦੀ ਤੇ ਉਹਨਾਂ ਦੇ ਬੇਟੇ ਦੀ ਫੋਟੋ ਆ। ਸੰਜੇ, ਕੁਛ ਕਹਿਣਾ ਚਾਹੇਗਾ, ਕੋਈ ਮੰਗ, ਕੋਈ ਸਰਕਾਰ ਤੋਂ ਕੋਈ ਗੱਲ ਜਿਹੜੀ ਹੈਗੀ? ਬਸ ਸਹੂਲਤ ਦਿੱਤੀ ਜਾਵੇਗੀ, ਕੋਈ ਪੜ੍ਹਾਈ ਲਿਖਾਈ ਵਾਸਤੇ, ਪੜ੍ਹਾਈ ਲਿਖਾਈ ਵਗੈਰਾ ਪੜ੍ਹਨਾ ਚਾਹੁੰਦਾ ਅੱਗੇ? ਹਾਂਜੀ, ਨੌਕਰੀ ਕੋਈ ਦਿੱਤੀ ਜਾਵੇ ਜੀ, ਉਹ ਪੜ੍ਹਾਈ ਅੱਗੇ ਜਾਰੀ ਰੱਖਣਾ ਚਾਹੁੰਦਾ। ਹਾਂਜੀ, ਸੋ ਪਹਿਲਾਂ ਹੀ ਇਹ ਗੱਲ ਕਿ ਹਾਦਸੇ ਜਿਹੜੇ ਨੇ ਉਹ ਕਾਫੀ ਟਾਈਮ ਜਿਹੜਾ ਉਹ ਜ਼ਖਮ ਅਜਿਹਾ ਦੇ ਜਾਂਦੇ ਨੇ ਜੋ ਜ਼ਿੰਦਗੀ ਭਰ ਰਿਸਦਾ। ਸੰਜੇ ਨਾਲ ਵੀ ਇਸ ਹਾਦਸੇ ਦੇ ਵਿੱਚ ਕੁਝ ਅਜਿਹਾ ਹੀ ਹੋਇਆ। ਬੇਸ਼ੱਕ ਅੱਜ ਬਹੁਤ ਸਾਰੇ ਰਿਸ਼ਤੇਦਾਰ ਉਹਦੇ ਸਿਰ ਤੇ ਹੱਥ ਰੱਖਣ ਨੂੰ ਤਿਆਰ ਨੇ, ਉਹ ਰੱਖ ਵੀ ਰਹੇ ਨੇ, ਪਰ ਸੰਜੇ ਨੂੰ ਇੱਕ ਉਮੀਦ ਸਰਕਾਰ ਤੋਂ ਵੀ ਹੈ ਕਿ ਅੱਜ ਜਦੋਂ ਉਹਦੇ ਪਿਤਾ ਦਾ ਸਾਇਆ ਉਹਦੇ ਸਿਰ ਤੇ ਨਹੀਂ ਰਿਹਾ ਤਾਂ ਸਰਕਾਰ ਉਹਨਾਂ ਦੀ ਯੋਗ ਮਦਦ ਕਰੇ ਤਾਂ ਜੋ ਪੜ੍ਹ ਲਿਖ ਕੇ ਕਿਤੇ ਨਾ ਕਿਤੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਸੈਟਲ ਕਰ ਸਕੇ। ਨਿਊਜ਼ 18 ਲਈ ਕੁਲਦੀਪ ਸਿੰਘ ਰੇਨੀ, ਪਿੰਡ ਮਰਾੜ, ਸ਼੍ਰੀ ਮੁਕਤਸਰ ਸਾਹਿਬ।